6 जून साका ब्लू स्टार ਘੱਲੂਘਾਰਾ ਦੇ ਮੌਕੇ ਵੱਖ-ਵੱਖ ਜਥੇਬੰਦੀ ਵੱਲੋਂ ਸਿੱਖ ਪੰਥ ਦੇ ਸੰਤ ਜਰਨੈਲ ਸਿੰਘ ਦੇ ਖਿਲਾਫ ਲਿਖਣ ਵਾਲਿਆਂ ਦੇ ਸਬੰਧੀ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਪ ਪੁਲਿਸ ਨੂੰ ਦਿੰਦਿਆਂ ਇਹ ਮੰਗ ਕੀਤੀ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਸੇਕਾਂ ਦੇ ਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਦੇ ਖਿਲਾਫ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ 6 ਜੂਨ ਆਉਣ ਤੇ ਦੋਸ਼ ਪ੍ਰਚਾਰ ਕੀਤਾ ਜਾਂਦਾ ਹੈ। ਉਹਨਾਂ ਦੇ ਪੁਤਲੇ ਫੂਕਣ ਦੀ ਗੱਲ ਕੀਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਸਮੂਹ ਸਿੱਖ ਜਥੇਬੰਦੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸਮਾਜਿਕ ਤੌਰ ਤੇ ਸਿੱਖ ਅਤੇ ਦੂਸਰੇ ਧਰਮਾਂ ਦੇ ਭਾਈਚਾਰੇ ਦੇ ਸਾਂਝ ਵਿੱਚ ਵਿਤਕਰਾ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਸਾਡੀ ਸਿੱਖ ਕੌਮ ਦੇ ਸ਼ਹੀਦਾਂ ਦੇ ਖਿਲਾਫ ਜੇਕਰ ਕੋਈ ਗਲਤ ਬਿਆਨਬਾਜ਼ੀ ਕਰਦਾ ਹੈ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਂਦਾ। ਇਸ ਸੰਬੰਧੀ ਅੱਜ ਅੰਮ੍ਰਿਤਸਰ ਪੁਲਿਸ ਦੇ DCP ਐਸ ਬੜਿਆਲ ਨੂੰ ਇੱਕ ਮੰਗ ਪੱਤਰ ਦਿੰਦਾ ਇਹ ਮੰਗ ਕੀਤੀ ਗਈ ਹੈ ਕਿ ਇਹਨਾਂ ਸ਼ਰਾਰਤੀ ਅਨਸਰਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਰਦਾਸ ਪਰਮਜੀਤ ਸਿੰਘ ਅਕਾਲੀ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਪੰਥ ਦੇ ਸਰਗਰਮ ਨੇ ਸਾਰੀਆਂ ਹੀ ਇੱਥੇ ਪਹੁੰਚੀਆਂ ਨੇ। ਉਹਨਾਂ ਦਾ ਪਹੁੰਚਣ ਦਾ ਕਾਰਨ ਬੜਾ ਸਪਸ਼ਟ ਆ ਕਿ ਹਰ ਸਾਲ 6 ਜੂਨ ਦੇ ਉੱਤੇ ਵੱਖ ਵੱਖ ਲੋਕ ਸ਼ਰਾਰਤੀ ਅਨਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਬੜੀਆਂ ਗਲਤ ਬਿਆਨ ਜਾਰੀ ਕੀਤੇ ਜਾਂਦੇ ਨੇ। ਉਹ ਕੌਮ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੁਤਲਾ ਫੂਕਣ ਦੀਆਂ ਗੱਲਾਂ ਕਰਦੇ ਨੇ। ਹਰ ਸਾਲ ਉਹਨਾਂ ਵੱਲੋਂ ਇਹੋ ਜਿਹੀਆਂ ਸ਼ਰਾਰਤਾਂ ਕਰਕੇ ਸ਼ਾਂਤ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਪ੍ਰਸ਼ਾਸਨ ਕੋਲ ਆਉਂਦੇ ਹਾਂ, ਸਾਡਾ ਫਰਜ਼ ਬਣਦਾ, ਅਸੀਂ ਬੇਨਤੀ ਕਰਦੇ ਹਾਂ, ਜੋ ਸਾਡੀ ਫਾਰਮੈਲਿਟੀ ਹੁੰਦੀ ਆ ਮੰਗ ਪੱਤਰ ਦਿੰਦੇ ਹਾਂ ਕਿ ਇਹਨਾਂ ਲੋਕਾਂ ਨੂੰ ਨੱਥ ਪਹਿਲਾਂ ਹੀ ਪਾਈ ਜਾਵੇ। ਪਰ ਜੇਕਰ ਪ੍ਰਸ਼ਾਸਨ ਇਹਨਾਂ ਨੂੰ ਨੱਥ ਨਹੀਂ ਪਾਉਂਦਾ ਫਿਰ ਸਾਨੂੰ ਮਜਬੂਰ ਹੋਣਾ ਪਊਗਾ ਨੱਥ ਪਾਉਣ ਵਾਸਤੇ, ਕਿਉਂਕਿ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕੋਈ ਸਾਡੇ ਸ਼ਹੀਦਾਂ ਦੀ ਸ਼ਾਨ ਦੇ ਖਿਲਾਫ਼ ਕੁਛ ਬੋਲੇ, ਸਾਡੇ ਸ਼ਹੀਦਾਂ ਦਾ ਅਪਮਾਨ ਕਰੇ। ਸੋ ਇਹਦੇ ਵਾਸਤੇ ਅਸੀਂ ਪ੍ਰਸ਼ਾਸਨ ਕੋਲ, ਅੱਜ DCP ਸਾਹਿਬ ਕੋਲ ਆਏ ਹਾਂ, ਉਹਨਾਂ ਇੱਕ ਮੰਗ ਪੱਤਰ ਦੇ ਰਹੇ ਹਾਂ, ਆਸ ਕਰਦੇ ਹਾਂ ਕਿ ਉਹ ਇਹ 'ਤੇ ਸਖ਼ਤ ਕਦਮ ਚੱਕਣਗੇ। ਨਹੀਂ, ਮੈਨੂੰ ਉਹਦੇ ਬਾਰੇ ਅੱਜ ਤਾਂ ਕੁਛ ਪਤਾ ਨਹੀਂ ਆ, ਮੈਨੂੰ ਤੁਸੀਂ ਦੱਸ ਰਹੇ ਹੋ, ਮੈਨੂੰ ਕੁਝ ਪਤਾ ਲਿਖਿਆ ਵੀ ਕੀ ਆ ਇਹ ਵੀ ਨਹੀਂ ਪਤਾ। ਉਹਦੇ ਬਾਰੇ ਪਤਾ ਕਰਦੇ ਹਾਂ, ਜੋ ਕੁਛ ਵੀ ਹੈਗਾ ਵਾ, ਜੇ ਕੁਛ ਕੌਮ ਦੇ ਵਿਰੁੱਧ ਆ, ਕੋਈ ਸਿਧਾਂਤਾਂ ਵਿਰੁੱਧ ਆ, ਸ਼ਹੀਦਾਂ ਦੇ ਵਿਰੁੱਧ ਹੋਊਗਾ, ਉਹਦੇ ਖਿਲਾਫ਼ ਪੂਰਾ ਐਕਸ਼ਨ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ, ਸ਼ਹੀਦ ਬਾਬਾ ਜੀਵਨ ਸਿੰਘ ਮਿਸ਼ਲ ਸ਼ਹੀਦਾਂ ਤਰਨਾਦਾਲ ਅੰਮ੍ਰਿਤਸਰ। ਸੋ ਗੁਰਮੁਖ ਪਿਆਰਿਓ, ਅਸੀਂ ਜਿਵੇਂ ਆਪ ਜੀ ਨੂੰ ਪਤਾ ਵਾ ਕਿ ਹਰ ਸਾਲ ਸਿੱਖ ਕੌਮ ਜੋ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ, ਜੋ 6 ਜੂਨ ਦਾ ਦਿਨ ਆਉਂਦਾ ਵਾ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਜੋ ਸਰਕਾਰ ਵੱਲੋਂ ਜੋ ਹਮਲਾ ਕੀਤਾ ਗਿਆ ਸੀਗਾ, ਅਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਸ਼ਹੀਦ ਹੋਏ ਨੇ, ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਅਸੀਂ ਅਕਾਲ ਤਖ਼ਤ ਸਾਹਿਬ ਜੋ ਘੱਲੂਘਾਰਾ ਦਿਵਸ ਮਨਾਉਂਦੇ ਹਾਂ, ਜੋ ਇਹ ਜਿਹੜਾ ਹੈ ਇਹ ਕੁਛ ਸ਼ਰਾਰਤੀ ਅਨਸਰਾਂ ਨੂੰ ਇਹ ਦਿਨ ਚੰਗਾ ਨਹੀਂ ਲੱਗਦਾ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ, ਕਦੀ ਅਸੀਂ ਕਿਸੇ ਮੰਦਿਰ, ਕਿਸੇ ਮਸੀਤ, ਕਦੇ ਦੇਵੀ ਦੇਵਤੇ ਦੇ ਕਿਸੇ ਦੇ ਖਿਲਾਫ਼ ਕਦੀ ਸਿੱਖ ਕੌਮ ਦੇ ਵਿੱਚੋਂ ਕਿਸੇ ਨੇ ਬੋਲਿਆ ਹੋਵੇ ਤਾਂ ਫਿਰ ਗੱਲ ਕਰੋ। ਅਸੀਂ ਨਿਮਰਤਾ ਸਹਿਤ ਬੇਨਤੀਆਂ ਅੱਜ ਤੱਕ ਬੇਨਤੀਆਂ ਕਰ ਰਹੇ ਹਾਂ, ਪਰ ਜਿੱਦਣ ਖਾਲਸੇ ਨੇ ਬੇਨਤਾ ਕੀਤਾ ਉਦਣ ਇਹਨਾਂ ਨੂੰ ਮੁਸ਼ਕਲ ਆ ਜਾਵੇਗੀ। ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ, ਜਿਹੜੇ ਇਹ ਸਰਕਾਰ ਸ਼ਰਾਰਤੀ ਅਨਸਰ ਇਹੋ ਜਿਹੀਆਂ ਘਟਨਾਵਾਂ ਕਰਦੇ ਨੇ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਨੱਥ ਪਾਈ ਜਾਵੇ, ਤਾਂ ਕਿ ਇਹੋ ਜਿਹੀ ਪੰਜਾਬ ਦੇ ਵਿੱਚ ਕੋਈ ਅਸੁਵਿਧਾ ਘਟਨਾ ਜਿਹੜੀ ਨਾ ਵਾਪਰੇ, ਕਿਉਂਕਿ ਇਹਨਾਂ ਦਾ ਕੰਮ ਹੈ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ, ਅਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਜੋ ਕਾਇਮ ਰੱਖਣਾ ਚਾਹੁੰਦੇ ਹਾਂ, ਅਸੀਂ ਅਮਨ ਸ਼ਾਂਤੀ ਪਸੰਦ ਲੋਕ ਹੈਗੇ ਹਾਂ, ਸੋ ਅਮਨ ਸ਼ਾਂਤੀ ਰੱਖਣਾ ਚਾਹੁੰਦੇ ਹਾਂ। ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਜਿਹੜੀ ਨੱਥ ਪਾਈ ਜਾਵੇ, ਤਾਂ ਕਿ ਇਹ ਇਹੋ ਜਿਹਾ ਕਦੀ ਵੀ ਘਟਨਾ ਕਰਮ ਨਾ ਕਰਨ। ਵੇਖੋ ਜੀ, ਇਹ ਤਾਂ ਇਹਨਾਂ ਜਿਹੜਾ ਛਾਟੇ ਚੌਂਕ ਦੇ ਵਿੱਚ ਲਿਖਿਆ ਵਾ, ਸਾਨੂੰ ਹੁਣੇ ਹੁਣੇ ਪਤਾ ਲੱਗਾ ਥੋੜ੍ਹੀ ਦੇਰ ਪਹਿਲਾਂ, ਸਾਨੂੰ ਅਜੇ ਪਤਾ ਨਹੀਂ ਵੀ ਉਹ ਕੀ ਲਿਖਿਆ। ਜੋ ਵੀ ਕਿਸੇ ਨੇ ਇਹ ਘਟਨਾਕ੍ਰਮ ਕੀਤਾ, ਇਹ ਸ਼ਰਾਰਤੀ ਅਨਸਰ ਕਰਦੇ ਨੇ, ਇਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ, ਅਤੇ ਜੇਕਰ ਸਾਨੂੰ ਇਹੋ ਜਿਹੇ ਲੋਕ ਇਹੋ ਜਿਹੀਆਂ ਗਲਤ ਘਟਨਾਵਾਂ ਲਿਖਦੇ, ਕਦੀ ਕੋਈ ਗਲਤ ਕੰਮ ਕਰਦੇ ਸਾਨੂੰ ਦੇ ਗਏ, ਅਤੇ ਅਸੀਂ ਉਹਨਾਂ ਨੂੰ ਮਤਲਬ ਬਖਸ਼ਾਂਗੇ ਨਹੀਂ। ਸਾਨੂੰ ਜੋ ਵੀ ਹੋ ਸਕਿਆ ਇਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ, ਅਤੇ ਜਿਹੜੀ ਆਪਣੇ ਵੱਲੋਂ ਖਾਲਸਾ ਪੰਥ ਵੱਲੋਂ ਛਤਰੌਲ ਆ ਉਹ ਵੱਖਰੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪਾਲ ਸਿੰਘ ਖਾਲਿਸਤਾਨੀ, ਅਕਾਲ ਖਾਲਸਾ ਦਾ ਮੀਤ ਜਹੇਦਾਰ ਅਤੇ ਜਥਾ 6 ਜੂਨ ਪਿੰਡਰਾਜ ਦਾ ਮੁੱਖ ਸੇਵਾਦਾਰ। ਬੇਨਤੀ ਇਸ ਤਰ੍ਹਾਂ ਜੀ, ਅੱਜ ਜਦੋਂ 6 ਜੂਨ ਆਉਂਦੀ ਆ, 1 ਤੋਂ ਲੈ ਕੇ ਅਤੇ 6 ਜੂਨ ਤੱਕ ਇਹ ਜਿਹੜੇ ਸ਼ਰਾਰਤੀ ਅਨਸਰ ਹੈਗੇ ਆ, ਸ਼ਿਵ ਸੈਨਾ ਵਾਲੇ, ਹੋਰ ਬਜਰੰਗ ਦਲ ਵਾਲੇ, ਉਹ ਜਿਹੜੇ ਹੈਗੇ ਆ ਉਹ ਸਿੱਖਾਂ ਦੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਖਿਲਾਫ਼ ਬੋਲਦੇ ਹੈਗੇ ਨੇ। ਵੇਖੋ ਜੀ, ਅਜੇ ਤੱਕ ਜੇ ਕੋਈ ਕਹਿ ਦੇ ਕਿਸੇ ਜਥੇਬੰਦੀ ਨੇ ਕਿਸੇ ਹਿੰਦੂ ਵੀਰ ਦੇ ਖਿਲਾਫ਼ ਜਾਂ ਹਿੰਦੂ ਦੇਵੀ ਦੇਵਤੇ ਦੇ ਖਿਲਾਫ਼ ਜਾਂ ਗੀਤਾ ਦੇ ਖਿਲਾਫ਼ ਕੋਈ ਮਾੜਾ ਸ਼ਬਦ ਬੋਲਿਆ ਹੋਵੇ, ਲੇਕਿਨ ਨਹੀਂ, ਇਹਨਾਂ ਨੂੰ ਪਤਾ ਨਹੀਂ ਕੀ ਹੋ ਲੁੱਟਦੀ ਆ, ਇਹ ਕਿਹਦੀ ਬਹਿਣੀ ਬਹਿ ਜਾਂਦੇ ਹੈਗੇ ਆ। ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਸਾਰੇ ਹੀ
सारा साल अमृतसर दे विच असी इकट्ठे रहने आ, अमृतसर दे विच ही रहने आ। तो जो 6 जून आउंदी आ उदा पोस्टां पाउणियां शुरू कर दिंदे संत जरनैल सिंह खालसा भिंडरवाले दे, असीं पोस्टर नहीं लगा देने। पोस्टर ते मेरे घर लगे आ चाचफेरे, मेरे चाचफेरा घर घर भरिया पिया, आ गए जो उत्थों लाहे फाओ। फिर चैलेंज हो जाता ना, असी किसी नूं चैलेंज अपने तौर पर नहीं, लेकिन जे ये चैलेंज करते ना भी असीं लगन नहीं देना तो असीं लावांगे। हरपाल सिंह खालसा नहीं सारे पोस्टर लाएगा तो तुसीं लाहे फाओ। फिर तो पै गया ना पंगा सरकार ना भी, तो फिर पै गया पुलिस ना भी पंगा। मैं प्रशासन अं मंग पत्र इस लिए देना है कि ये जो शान के खिलाफ बोलते है जोड़े भी अंसर है, चाहे वह कि धर्म का ही संबंधित आ, उन्होंने नत्थ पाई जाए, उन्होंने जड़िया गिरफ्तारियां की जा। जे हरपाल सिंह खालसा ने कोई गलत काम करता तो हरपाल सिंह गिरफ़्तार करना चाहिए है। लेकिन यद मतलब ये नहीं आ कि कोई कोई पार्टिया लीडर जा उत्तों फोन आ जाता भी उन्होंने बचाने की कोशिश करता, योजे काम तो साढ़े बच्चे हो रहे हैं। हूँ आप जी कह रहे जे भी अपना उत्थे कुछ लिख दिता गया वा छाटे चौंक के वाहगुरु जी, सानू नहीं पता इस बारे भी की लिख दिता गया, इस उत्ते आप कोई बयान नहीं करा। जे उत्थे कोई माड़ा लिखा होएगा तो उत्ते जरूर एक्शन लिया जाएगा। वाहगुरू जी का खालसा वाहगुरू जी की फतेह। आवाजी कॉम टीवी लिए अमृतसर तो पत्रकार ललित शर्मा की रिपोर्ट।